ਇੱਥੇ ਕਦੇ ਉੱਥੇ ਜੱਟਾ ਜਾਂਦੇ ਘੁੰਮ ਕੇ ਕੰਨਾਂ 'ਚ ਹੁਲਾਰੇ ਵੇਖ ਲੈਂਦੇ ਚੁੰਮ ਕੇ ਹੱਥ ਤੇਰਾ ਫੜ ਤੇਰੇ ਨਾਲ ਤੁਰਨਾ ਅੱਖੀਆਂ ਦੇ ਵਿੱਚ ਤੂੰ ਏ ਬਾਹਰ ਸੁਰਮਾ ਇਸ਼ਕ ਤੇਰੇ ਦੇ ਕਾਦਿਲ ਹੋਰ ਹੋ ਗਈ ਪਹਿਲਾਂ ਨਾਲੋਂ ਸੋਹਣੀ ਵੇ ਮੈਂ ਹੋਰ ਹੋ ਗਈ ਉਵੇਂ ਹੱਥਾਂ ਵਿੱਚ ਬਸ ਕੱਲਾ ਸੋਹਣਿਆ ਤੀਜੀ ਉਂਗਲੀ 'ਚ ਤੇਰਾ ਛੱਲਾ ਸੋਹਣਿਆ ਸਾਰਿਆਂ ਤੋਂ ਸੋਹਣੀ ਤੂੰ ਰਕਾਨੀ ਆਖ ਕੇ ਜਾਨ ਕੱਢ ਲੈ ਨਾ ਜੱਟਾ ਜਾਨੀ ਆਖ ਕੇ ਸਾਰਿਆਂ ਤੋਂ ਸੋਹਣੀ ਤੂੰ ਰਕਾਨੀ ਆਖ ਕੇ ਜਾਨ ਕੱਢ ਲੈ ਨਾ ਜੱਟਾ ਜਾਨੀ ਆਖ ਕੇ ਗੱਲ ਗੱਲ ਉੱਤੇ ਵੀ ਮੈਂ ਫਿਰਾਂ ਹੱਸਦੀ ਗੱਲ ਵੀ ਨਾ ਵੱਡੀ ਉਂਝ ਨਾ ਹੀ ਵੱਸਦੀ ਸੂਟ ਮੈਂ ਸਵਾਲ ਕਿਤੇ ਲੈ ਕੇ ਚੱਲ ਵੀ ਹੱਥੇ ਚੰਨ ਵਾਂਗੂ ਮੈਂ ਬਣਾ ਲੈ ਗੱਲ ਵੀ ਗੱਲ ਗੱਲ ਉੱਤੇ ਵੀ ਮੈਂ ਪਿਆਰ ਟਿਆ ਰੱਸਣਾ ਨੀ ਇੱਥੇ ਮੇਰਾ ਨਾਂ ਜੋ ਰੱਖਿਆ ਹੋ ਗਿਆ ਪਿਆਰ ਲੱਗੇ ਸੌ ਰੱਖ ਲੇ ਚੜੀ ਅਸ਼ਕੀ ਨੀ ਤਾਂ ਹੀ ਨੌ ਰੱਖ ਲੀ ਤੇਰੀ ਨਾਲ ਮੇਰੀ ਆ ਪਛਾਣ ਆਖ ਕੇ ਜਾਨ ਕੱਢ ਲੈ ਨਾ ਜੱਟਾ ਜਾਨੀ ਆਖ ਕੇ ਪਛਾਣੀ ਆਖ ਕੇ ਜਾਨ ਕੱਢ ਲੈ ਨਾ ਜੱਟਾ ਜਾਨੀ ਆਖ ਕੇ ਲੈਨੀਆਂ ਪਹਾੜੇ ਵਾਂਗੂ ਨਾ ਰੱਟਵੇ ਤੁਹਾਡੇ ਕੋਲ ਹੋ ਕੇ ਮੁੜਦੀ ਆ ਲੱਟਵੇ ਇੰਦਰਾ ਉੜਾ ਕੇ ਲੈ ਗਿਆ ਤੂੰ ਮੇਰੀਆਂ ਬਿੰਦੀਆਂ ਤੋਂ ਚੰਨ ਤੱਕ ਗੱਲਾਂ ਤੇਰੀਆਂ ਲਹਾਣ ਦੀਏ ਹੋ ਤੇਰੇ ਨਾਲ ਬਤਾਉਣੀ ਜ਼ਿੰਦਗੀ ਦਿਲ ਦੀਆਂ ਜਾਣ ਦੀਏ ਰੂਹ ਨੂੰ ਪਿਆਸ ਬੜੀ ਐ ਨੈਣਾ ਨੂੰ ਆਸ ਬੜੀ ਐ ਤੇਰੇ ਦੀਦਾਰੇ ਦੀ ਸੁਣ ਲੈ ਨੀ ਸੋਹਣੀਏ ਕੁੜੀਏ ਚੰਗੀਏ ਮੁਟਿਆਰੇ
खुशबू आवे नीसलियां जियां रेतां चो फकर कोई दूर दुरेडे गौंदा ए हीरनी शाला तेरे काबल हो जाए साड़ी तकदीर नी आइए फिर सेरे ला के हो पुछने नित सिर नावे तेरे नी कोला तो उन्ना नू सड़ा हुंदे मिठे तेरे बोला तो तक के तेनू चढ़ जांदा ए जोबन नी फुला ते पौरा नू शक हो गया सूहे तेरे बुला ते हुंदे जो पत गुलाबी है सुफने रब पूरे कर दे है हिरदे पर सन होणगे हो सुनिया मैं तू भी कली बै बै के हसे नी मेरा सरदार पवित्र तू सिया नू दसे नी अम्मी कोले गली गली सना मैं पिंड लसोई कह दे शरियाम नी तेथों मैं वारे जावा कुल खलकत विचों लगने तू प्यारा वे जोड़ू तेरी बेबे वांगू कर मैं सरदारा वे जिंदगी गुलजार विच ना सेरा मत्थे उत्ते मान मान बन चौदमी का जन बज
तेरे सुफने लगे मैनू हाय ओ रब खैर करे आपा दो तो लगे एक हो हाय ओ रब खैर करे तेरे सुफने लगे मैनू हाय ओ रब खैर करे आपा दो तो लगे एक हो हाय ओ रब खैर करे हाय ओ रब खैर करे जांजियां नू चाए उथे मेलना नू थोड़े नी व्याह साडे विच केड़ा रह गए होर गोडे नी हो इत्थे जांजियां नू चाए उथे मेलना नू थोड़े नी व्याह साडे विच केड़ा रह गए होर गोडे नी तू भी चुन्नियां नू हाय नी चुन्नियां नू तू भी चुन्नियां नू लगी गोडे लो हाय ओ रब खैर करे आपा दो तो लगे एक हूण हाय ओ रब खैर करे तेरे सुपने लगे मैनू हूण हाय ओ रब खैर करे हाय ओ रब खैर करे ਬਖਸ਼ਿਸ਼ ਕਰੋ ਦੋਨਾਂ ਪਰਿਵਾਰਾਂ ਨੂੰ ਮਿਲਣ ਦੀ ਰਸਮ ਅਦਾ ਕਰਨ ਦੀ ਆਗਿਆ ਬਖਸ਼ੋ
ਉਹਨਾਂ ਪਰਿਵਾਰਾਂ ਦੇ ਵਿੱਚ ਪਰਸਪਰ ਪਿਆਰ, ਏਕਤਾ, ਇਤਫਾਕ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਾਲਾ ਬਖਸ਼ਿਸ਼ ਕਰਨਾ ਜੀ। ਰਹਿੰਦੇ ਕਾਰਜਾਂ ਦੇ ਵਿੱਚ ਆਪ ਸਹਾਈ ਹੋ ਕੇ ਨੇਪਰੇ ਚੜ੍ਹਾਉਣ ਦੀ ਕਿਰਪਾਲਤਾ ਕਰਨੇ ਸੱਚੇ ਪਾਤਸ਼ਾਹ ਜੀ। ਸਮੂਹ ਪਰਿਵਾਰਾਂ ਦੀ ਅਰਦਾਸ ਬੇਨਤੀ ਦਰ 'ਤੇ ਪ੍ਰਵਾਨ ਕਰੋ ਜੀ। ਦੋਨਾਂ ਪਰਿਵਾਰਾਂ ਨੂੰ ਮਿਲਣੀ ਦੀ ਰਸਮ ਅਦਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬੰਦੇ ਹੀ ਨੀ ਸਾਥ ਦਿੰਦੇ, ਇੱਧਰ ਆ ਜਾ ਫਿਰ ਤੂੰ ਵੀ। ਬੁਲਬੁਲੇ ਖਾਰੇ ਵੇ ਕੁਆਰੀ ਹੁੰਦੀ ਨੂੰ ਮਿਸ ਪਟਿਆਲਾ ਕੀ
जो मैं पिछले दिनों तो तक रहा है चेहरा खोरे किस दाए जो होर किते मैनू लभ्या नहीं तेरे नैणा विचों दिसदाए नदी झील या पर्वत है या कोई खजाना खाबा दा तेरे नैणा विचों झलक रहा कोई रंग सुनहरे बागां दा तू एक चुटकी शाम सवेरे सुनदा हां किकरा दे पीलिया फुलां मैं गल्ला बै बै चुनदा हां मैं फुल तेरे पैरी रख दे मरदा मरदा जी उठिया ते जाण दी खातर मरन लगा तेरे संग ओ रिश्ता बन गया है जड़ा धुप दा
ਸਾਗਰ ਸ਼ਬਦ ਗੁਰੂ
ਜੀ ਅੱਜ ਪਵਿੱਤਰ ਕੋਚ ਦੇ ਵਿੱਚ ਸੱਜ ਬੈਠੀ ਗੁਰੂ ਪਿਆਰੀ ਸੰਗਤ ਆਓ ਫਤਿਹ ਅੱਜ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਅੱਜ ਦੋਨਾਂ ਪਰਿਵਾਰਾਂ 'ਤੇ ਲੱਖਾਂ ਹੀ ਖੁਸ਼ੀਆਂ ਜੋ ਸੱਚੇ ਪਾਤਸ਼ਾਹ ਨੇ ਕੀਤੀਆਂ ਹਨ ਨਿਸ਼ਾਵਰ, ਔਰ ਅਸੀਂ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਸਾਡਾ ਜੋ ਅੱਜ ਕਾਰਜ ਸ਼ੁਰੂ ਕਰਨ ਲੱਗੇ ਹਾਂ ਇਹ ਸਫਲ ਹੋਵੇ। ਸੁਖਦਾਤਾ ਪੈ ਪੰਜਨੋ ਦਿਸ ਅੱਗੇ ਕਰ ਅਰਦਾਸ, ਮਿਹਰ ਕਰੇ ਜਸ ਮਿਹਰਬਾਨ ਦਾ ਕਾਰਜ ਆਵੇ ਰਾਸ। ਅੱਜ ਜੋ ਸਤਿਗੁਰਾਂ ਨੇ ਮੇਲ ਮਿਲਾਇਆ ਹੈ ਦੋਨਾਂ ਪਰਿਵਾਰਾਂ ਦਾ, ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਹਨਾਂ ਤੁਰੇ ਪਿਆ ਸੰਯੋਗ, ਬੱਚਿਆਂ ਦੇ ਆਨੰਦ ਕਾਰ ਦੀ ਰਸਮ ਅਦਾ ਹੋਣੀ ਹੈ। ਮੈਂ ਆਪ ਜੀ ਨੂੰ ਤਫਸੀਲ ਪ੍ਰੋਗਰਾਮ ਦੀ ਬਰੀਫ ਜੀ ਜਾਣਕਾਰੀ ਦੇਣੀ ਹੈ ਅਤੇ ਪਰਿਵਾਰ ਬਾਰੇ ਜਾਣਕਾਰੀ ਦੇਣੀ ਹੈ। ਅੱਜ ਦਾ ਜੋ ਆਨੰਦ ਕਾਰ ਦੀ ਰਸਮ ਹੈ ਇਹ ਕਾਕਾ ਹਰਪ੍ਰੀਤ ਸਿੰਘ, ਸਾਨਪ ਸਰਦਾਰ ਜਸਵੀਰ ਸਿੰਘ ਅਤੇ ਸਰਦਾਰਨੀ ਸਰਬਜੀਤ ਕੌਰ ਅਤੇ ਪੋਤਰੇ ਸਰਦਾਰ ਜਰਨੈਲ ਸਰ ਜਰਨੈਲ ਸਿੰਘ ਅਤੇ ਸਲਾਵਕਾਸੀ ਹਰਬੰਸ ਕੌਰ ਔਰ ਬੀਬਾ ਮਨਪ੍ਰੀਤ ਕੌਰ, ਡਾਟਰ ਆਫ ਸਰਦਾਰ ਯਾਦਵਿੰਦਰ ਸਿੰਘ ਅਤੇ ਸਰਦਾਰਨੀ ਬਲਜਿੰਦਰ ਕੌਰ, ਇਹਨਾਂ ਬੱਚਿਆਂ ਦੇ ਆਨੰਦ ਕਾਰਜ ਦੀ ਰਸਮ ਅਦਾ ਹੋਣੀ ਹੈ। ਸਭ ਤੋਂ ਪਹਿਲਾਂ ਰਾਗੀ ਜਥਾ ਸ਼ਬਦ ਗਾਇਨ ਕਰਨਗੇ। ਕੀਤਾ ਲੋੜੀਏ ਕੰਮ ਸੁਹਾਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀਏ। ਉਪਰੰਤ ਅਰਦਾਸ ਹੋਏਗੀ ਜਿਸ ਵਿੱਚ ਬੇਨਤੀ ਹੈ, ਲੜਕਾ ਲੜਕੀ ਤਾਂ ਉਹਨਾਂ ਦੇ ਮਾਤਾ ਪਿਤਾ ਹੀ ਖੜ੍ਹੇ ਹੋਣਗੇ, ਬਾਕੀ ਸੰਗਤ ਇਸੇ ਤਰ੍ਹਾਂ ਸਜੀ ਰਹੇਗੀ। ਉਪਰੰਤ ਹੁਕਮਨਾਮਾ ਲਿਆ ਜਾਏਗਾ ਅਤੇ ਪੜ੍ਹੇ ਦੀ ਰਸਮ ਹੈ ਜੋ ਲੜਕੀ ਦੇ ਪਿਤਾ ਜੀ ਅਦਾ ਕਰਨਗੇ। ਫਿਰ ਚਾਰ ਰਾਵਾਂ ਜੋ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਆਪਣੇ ਉਹਨਾਂ ਦੇ ਚੌਥੇ ਪਾਤਸ਼ਾਹ ਉਹਨਾਂ ਦੁਆਰਾ ਆਰਜਿਤ ਕੀਤੀ ਗਈ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹ ਰਾਵਾਂ ਦਾ ਜੋ ਪਾਠ ਹੋਏਗਾ ਅਤੇ ਗਿਆਨੀ ਜੀ ਆਪ ਜੀ ਨੂੰ ਇਹ ਸਮਝਾਉਣਗੇ ਕਿ ਕਿਸ ਤਰ੍ਹਾਂ ਇਹ ਸਾਰਾ ਪ੍ਰੋਗਰਾਮ ਹੋਣਾ ਹੈ। ਆਨੰਦ ਸਾਹਿਬ ਅਤੇ ਅਰਦਾਸ ਸਮੂਹ ਸੰਗਤ ਅਤੇ ਇਸੇ ਤਰ੍ਹਾਂ ਫਿਰ ਆਪਾਂ ਸਭ ਨੇ ਰਲ ਕੇ ਹੁਕਮਨਾਮਾ ਸਰਵਣ ਕਰਨਾ ਹੈ। ਇਹ ਥੋੜ੍ਹਾ ਪ੍ਰੋਗਰਾਮ 35 ਮਿੰਟ ਦਾ ਸਮਾਂ ਸਾਡੇ ਕੋਲ ਹੈ। ਬੇਨਤੀ ਹੈ ਕਿ ਆਪਾਂ ਇਸ ਪ੍ਰੋਗਰਾਮ ਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸਰਵਣ ਕਰਨਾ ਹੈ। ਜਿੱਥੇ ਇੱਕ ਅਸੀਂ ਇਹਨੂੰ ਰਸਮ ਕਹਿੰਦੇ ਹਾਂ, ਇੱਕ ਬਹੁਤ ਵੱਡੇ ਗਿਆਨ ਦੀ ਗੱਲ ਹੈ। ਇਹ ਜਿਸ ਤਰ੍ਹਾਂ ਆਪਣੀ ਆਤਮਾ ਹਮੇਸ਼ਾ ਪਰਮਾਤਮਾ ਨੂੰ ਲੋਚਦੀ ਹੈ ਕਿ ਪਰਮਾਤਮਾ ਨਾਲ ਮਿਲ ਜਾਵਾਂ, ਇੱਕ ਚਾਰ ਸਟੇਜਾਂ ਹਨ ਇਹ ਪਰਮਾਤਮਾ ਨੂੰ ਮਿਲਦੇ ਹਾਂ। ਸੋ ਬੇਨਤੀ ਹੈ ਕਿ ਆਪ ਜੀ ਨੇ ਇਹ ਸਾਰਾ ਪ੍ਰੋਗਰਾਮ ਹੈ ਪਿਆਰ ਅਤੇ ਸਤਿਕਾਰ ਨਾਲ ਸਰਵਣ ਕਰਨਾ ਹੈ। ਹੁਣ ਬੇਨਤੀ ਹੈ ਰਾਗੀ ਜਥੇ ਨੂੰ ਕਿ ਸ਼ੁਰੂ ਕਰਨਗੇ ਕੀਤਾ ਲੋੜੀਏ ਕੰਮ ਸਵਾਰ ਪਿਆ ਸਿਮਰੀ ਕਰ ਨਾਨਕ ਦਾ ਵੈ ਤਾਇਆ ਸਭ ਥੈ ਉਹਨਾਂ ਦੀ ਸਹਿਦ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥੈ ਉਹਨਾਂ ਦੀ ਸਹਿਦ ਦਸਵਾਂ ਪਾਤਸ਼ਾਹ ਕੀ ਆਤਮਿਕ ਜੋਤ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਓ ਕੇ ਮਾਣ ਤਾਣਿਓ ਕੇ ਤਾਣਿਓ ਟਿਉਂਕਿ ਉਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾਂ ਦਾ ਆਪਾਸ ਅਰਦਾਸ ਬੇਨਤੀ ਹੈ ਜੀ। ਆਪ ਜੀ ਨੇ ਅਪਾਰ ਰਹਿਮਤ ਬਖਸ਼ੀ ਕੀਤੇ ਆਪ ਜੀ ਦੇ ਮਹਾਂਭਾਗ ਹੈ ਦੰਤ ਖੁਸ਼ੀਆਂ ਪਾਤਸ਼ਾਹ ਜੀ ਨੇ ਜਿਸ ਸਤਿਗੁਰੂ ਦਾ ਦਰ ਕਰੇ ਨਿਮਕ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਹਾਂਭਾਗਾਂ ਅਨੁਸਾਰ ਆਪ ਜੀ ਨੇ ਸੱਚੀ ਪਾਤਸ਼ਾਹ ਜੀ ਮਹਿਰਾਮਤ ਕੀਤੀ ਕਿ ਸਰਦਾਰ ਯਾਦਵਿੰਦਰ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਦੀ ਸਪੁੱਤਰੀ ਮਨਪ੍ਰੀਤ ਕੌਰ, ਸਰਦਾਰ ਜਸਬੀਰ ਸਿੰਘ, ਬੀਬੀ ਸਰਬਜੀਤ ਕੌਰ ਦੇ ਸਪੁੱਤਰ ਕੱਕ ਹਰਪ੍ਰੀਤ ਸਿੰਘ, ਤਿੰਨਾਂ ਦੇ ਆਨੰਦ ਕਾਰਜ ਆਪ ਜੀ ਦੀ ਪਵਿੱਤਰ ਹਜ਼ੂਰੀ ਚੰਦਰ ਹੋਣ ਜਾ ਰਹੇ ਹਨ। ਮਹਿਰਾਮਤ ਕਰਨੀ ਰਹਿੰਦੇ ਕਾਰਜਾਂ 'ਚ ਆਪ ਸਹਾਇਤਾ ਕਰਕੇ ਨੇ ਪਰੇਟਣਾਣੇ ਚੜ੍ਹਦੀਆਂ ਕਲਾਂ ਬਖਸ਼ਣੀਆਂ ਸੁਭਾਗ ਜੋੜਨੇ ਆਪਣੀਆਂ ਅਸੀਸਾਂ ਬਖਸ਼ਿਸ਼ ਕਰਦੇ ਵਾਜਣਾ। ਆਪ ਜੀ ਰਹਿਮਤ ਕਰੋ, ਆਪਣੀ ਮਿੱਠੀ ਨਿੱਕੀ ਅਸੀਸ ਹੁਕਮਨਾਮੇ ਦੇ ਰੂਪ ਦੇ ਵਿੱਚ ਬਖਸ਼ਿਸ਼ ਕਰੋ। ਸਹੀ ਗੁਰਮੁਖ ਪਿਆਰੇ ਮਿਲਣੇ ਜਿਹਨਾਂ ਮੇਰੇ ਆਪ ਜੀ ਦਾ ਨਾਮ ਚਿੰਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। Thank you.